ਮੋਗਾ ਵਿੱਚ ਗੋਲੀਆਂ ਚਲਾਉਣ ਅਤੇ ਗੁੰਡਾ ਪਰਚੀ ਕੱਟਣ ਦਾ ਮਾਮਲਾ ਅਜੇ ਠੰਡਾ ਨਹੀਂ ਪਿਆ ਸੀ ਕਿ ਇੱਕ ਹੋਰ ਸੀਨੀਅਰ ਕਾਂਗਰਸੀ ਆਗੂ 'ਤੇ 30 ਲੱਖ ਰੁਪਏ ਦੀ ਠੱਗੀ ਮਾਰ ਕੇ ਜਹਾਜ਼ ਚੜ੍ਹ ਜਾਣ ਦੇ ਦੋਸ਼ ਲੱਗੇ ਨੇ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਸੀਨੀਅਰ ਕਾਂਗਰਸੀ ਆਗੂ ਅਤੇ ਇੱਕ ਟਰੈਵਲ ਏਜੰਟ ਨੇ ਜਾਲੀ ਵੀਜ਼ਾ ਲਗਾ ਕੇ ਇੱਕ ਵਿਅਕਤੀ ਨੂੰ ਕੈਨੇਡਾ ਭੇਜਣ 'ਤੇ 30 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ। ਅੱਜ ਮੋਗਾ ਵਿਖੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪੀੜਿਤ ਨੇ ਦੱਸਿਆ ਕਿ ਮੇਰੇ ਮਾਸੀ ਦੇ ਲੜਕੇ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ ਮੇਰੇ ਲੜਕੇ ਨੂੰ ਪਹਿਲਾਂ USA ਦੇ ਬਾਅਦ ਵਿੱਚ ਕੈਨੇਡਾ ਭੇਜਣ ਲਈ ਸਾਡੇ ਤੋਂ 30 ਲੱਖ ਰੁਪਏ ਲੈ ਗਿਆ ਸੀ, ਪਰ ਇਸ ਠੱਗ ਵਿਅਕਤੀ ਨੇ ਸਾਨੂੰ 2 ਸਾਲ ਖੱਜਲ ਖੁਆਰ ਕੀਤਾ ਅਤੇ ਬਾਅਦ ਵਿੱਚ ਜਾਲੀ ਵੀਜ਼ਾ ਲਗਵਾ ਦਿੱਤਾ। ਨਾ ਹੀ ਮੇਰਾ ਪੁੱਤਰ ਵਿਦੇਸ਼ ਗਿਆ ਅਤੇ ਨਾ ਹੀ ਸਾਡੇ ਪੈਸੇ ਵਾਪਸ ਹੋਏ ਨੇ। ਉਹਨਾਂ ਕਿਹਾ ਕਿ ਇਸ ਠੱਗੀ ਨੂੰ ਨਾ ਸਹਾਰਦਿਆਂ ਮੇਰੀ ਪਤਨੀ ਦੀ ਵੀ ਮੌਤ ਹੋ ਗਈ ਹੈ ਅਤੇ ਮੈਂ ਹੁਣ ਇਹਨਾਂ ਖਿਲਾਫ਼ ਪੁਲਿਸ ਮੁਖੀ ਨੂੰ ਸ਼ਿਕਾਇਤ ਕੀਤੀ ਹੈ, ਜਿਨ੍ਹਾਂ ਨੇ ਪੂਰੀ ਪੜਤਾਲ ਕਰਨ ਤੋਂ ਬਾਅਦ ਠੱਗੀ ਮਾਰਨ ਦੇ ਦੋਸ਼ ਹੇਠ ਇੱਕ ਸੀਨੀਅਰ ਕਾਂਗਰਸੀ ਆਗੂ ਅਤੇ ਇੱਕ ਟਰੈਵਲ ਏਜੰਟ ਖਿਲਾਫ਼ ਕੇਸ ਦਰਜ ਕੀਤਾ। ਕਾਂਗਰਸੀ ਆਗੂ ਅਕਾਲੀ ਦਲ ਅਮਰੀਕਾ ਦਾ ਸਾਬਕਾ ਜਨਰਲ ਸਕੱਤਰ ਅਤੇ NRI ਸਭਾ ਦਾ ਮੀਤ ਪ੍ਰਧਾਨ ਵੀ ਰਿਹਾ। ਉਸਦਾ ਪਿਛੋਕੜ ਟਕਸਾਲੀ ਅਕਾਲੀ ਪਰਿਵਾਰ ਦੇ ਨਾਲ ਹੈ ਅਤੇ 2 ਸਾਲ ਪਹਿਲਾਂ ਉਹ ਕਾਂਗਰਸ ਵਿੱਚ ਸ਼ਾਮਿਲ ਹੋਇਆ ਸੀ। ਪੁਲਿਸ ਨੇ ਸੇਵਕ ਸਿੰਘ ਪਿੰਡ ਰਸੂਲਪੁਰ ਮੱਲਾਂ ਦੀ ਸ਼ਿਕਾਇਤ ਉੱਤੇ ਟਰੈਵਲ ਏਜੰਟ ਸੋਚਾ ਸਿੰਘ ਪਿੰਡ ਘੱਲ ਕਲਾਂ ਅਤੇ ਸਥਾਨਕ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ ਖਿਲਾਫ਼ ਕੇਸ ਦਰਜ ਕੀਤਾ। ਸੇਵਕ ਸਿੰਘ ਸਨ ਆਫ ਅਮਰ ਸਿੰਘ ਪਿੰਡ ਰਸੂਲਪੁਰ। ਅੱਛਾ ਜੀ, ਤੁਹਾਡੇ ਨਾਲ ਇੱਕ ਕਾਂਗਰਸੀ ਆਗੂ ਵੱਲੋਂ ਠੱਗੀ ਮਾਰੀ ਗਈ ਹੈ, ਕੀ ਆ ਮਾਮਲਾ, ਕੀ ਹੈ ਸਾਰਾ? ਉਹ ਦਵਿੰਦਰ ਸਿੰਘ ਰਣੀਆ ਜੀ ਸਾਡੀ ਮਾਸੀ ਦਾ ਪੁੱਤ ਆ, ਉਹਨੇ ਸੁੱਚਾ ਸਿੰਘ ਘੱਲ ਕਲਾਂ ਨੂੰ ਨਾਲ ਲੈ ਕੇ ਜੀ ਮੇਰੇ ਮੁੰਡੇ ਨੂੰ ਵਿਦੇਸ਼ ਭੇਜਣ ਦੀ ਖਾਤਰ ਸਾਥੋਂ ਪਹਿਲਾਂ 12 ਲੱਖ ਲੈ ਲਿਆ, ਕਹਿੰਦਾ ਮੈਂ ਅਮਰੀਕਾ ਭੇਜਦਾ, ਬਾਅਦ ਦੇ ਵਿੱਚ ਕਹਿੰਦਾ ਜੀ ਕਹਿੰਦਾ ਇੱਥੇ ਬਣ ਨਹੀਂ ਰਿਹਾ, ਕਹਿੰਦਾ ਮੈਂ ਕੈਨੇਡਾ ਭੇਜ ਦਿੰਦਾ 18 ਲੱਖ ਫੇਰ ਲੈ ਕੇ। ਉਹ ਸਾਰਾ ਕੁਛ ਜਾਲੀ ਨਿਕਲਿਆ, ਏਅਰਪੋਰਟ ਤੋਂ ਵਾਪਸ ਆ ਕੇ ਟਿਕਟ ਵਗੈਰਾ ਸਾਰਾ ਕੁਛ ਕਰਾਇਆ ਸੀਗਾ ਜੀ ਸਾਡਾ ਇਹਨੇ, ਅਤੇ ਇਹਨੇ ਉਹ ਸਟਿੱਕਰ ਵੀ ਪੜਤਾ ਜੀ ਪਾਸਪੋਰਟ ਤੋਂ। ਟੋਟਲ ਕਿੰਨੇ ਪੈਸੇ ਨੇ? ਟੋਟਲ 30 ਲੱਖ ਰੁਪਈਆ ਜੀ। ਕਿੱਥੇ ਭੇਜਣਾ, ਕਿੱਥੇ ਸੀਗਾ? ਪਹਿਲਾਂ ਕੈਨੇਡਾ ਕਹਿੰਦਾ ਸੀ, ਅਮਰੀਕਾ ਕਹਿੰਦਾ ਸੀ ਜੀ, ਬਾਅਦ 'ਚ ਕਹਿੰਦਾ ਮੈਂ ਕੈਨੇਡਾ ਭੇਜ ਦਿੰਦਾ ਕਹਿੰਦਾ। ਪੈਸਿਆਂ ਦੀ ਸੇਫਟੀ ਵਾਸਤੇ ਇਹਨਾਂ ਨੇ ਤੁਹਾਨੂੰ ਕੋਈ ਚੈੱਕ ਵਗੈਰਾ ਵੀ ਦਿੱਤਾ? ਹਾਂ ਜੀ, ਚੈੱਕ ਵੀ ਦਿੱਤਾ ਜੀ, ਉਹ ਵੀ ਬਾਊਂਸ ਹੋ ਗਿਆ ਜੀ ਚੈੱਕ ਵੀ, ਉਹਦੀਆਂ ਰਸੀਦਾਂ ਮੇਰੇ ਕੋਲ ਚੈੱਕ ਦੀਆਂ। ਅੱਛਾ ਜੀ, ਹਾਂਜੀ। ਇਹ ਪੈਸੇ ਤੁਸੀਂ ਕਿਸ ਤਰ੍ਹਾਂ ਦਿੱਤੇ ਇਹਨਾਂ ਨੂੰ? ਪੈਸੇ 12 ਲੱਖ ਤਾਂ ਜੀ ਪਹਿਲਾਂ ਦਿੱਤਾ ਅਮਰੀਕਾ ਦੀ ਖਾਤਰ, 18 ਲੱਖ ਬਾਅਦ ਦੇ ਵਿੱਚ ਦਿੱਤਾ, ਇਹਦੇ ਘਰੇ ਹੀ ਦਿੱਤੇ ਜੀ ਦਵਿੰਦਰ ਸਿੰਘ ਰਣੀਏ ਦੇ ਘਰੇ ਬਹਿ ਕੇ। ਕਿਹੜੀ ਪਾਰਟੀ ਨੂੰ ਕਿਹੜੀ ਨੂੰ? ਇਹ ਕਾਂਗਰਸ ਪਾਰਟੀ ਦੇ ਨਾਲ ਆ ਜੀ, ਕਾਂਗਰਸ ਪਾਰਟੀ ਨੇ ਪਹਿਲਾਂ ਅਕਾਲੀ ਦਲ ਨੇ ਨਹੀਂ ਪਰਚਾ ਹੋਣ ਦਿੱਤਾ, ਹੁਣ ਕਾਂਗਰਸ ਨੇ ਨਹੀਂ ਜੀ ਪਰਚਾ ਹੋਣ ਦਿੱਤਾ। ਮੈਨੂੰ 4 ਸਾਲ ਹੋ ਗਏ, ਬਹੁਤ ਹੀ ਜਲੀਲ ਕੀਤਾ ਇਸ ਬੰਦੇ ਨੇ। ਤੁਹਾਡੇ ਕੋਲ ਪਰਿਵਾਰ ਦੇ ਜੀ ਵੀ ਮਰ ਗਏ? ਹਾਂਜੀ, ਮੇਰੇ ਘਰ ਵਾਲੀ ਦੀ ਡੈਥ ਹੋ ਗਈ, ਇਹਦੇ ਫਿਕਰਦਾ ਕਰਕੇ 18 ਨੂੰ ਉਹ ਵਿਚਾਰੀ ਬਹੁਤ ਜ਼ਿਆਦਾ ਫਿਕਰ ਕਰਨ ਲੱਗ ਗਈ ਜੀ, ਜਦੋਂ ਇੰਨਾ ਰੁਪਈਆ ਚਲਿਆ ਗਿਆ ਸੀ ਵਿਚਾਰੀ ਦੀ ਡੈਥ ਹੋ ਗਈ ਹੈ। ਅੱਛਾ, ਕਿਹਨੂੰ ਬਾਹਰ ਭੇਜਣਾ, ਕਿਹਨੂੰ ਸੀ ਤੁਸੀਂ? ਮੈਂ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਭੇਜਣਾ ਸੀ, ਉਹ 12ਵੀਂ ਕਲਾਸ ਕਰਕੇ ਆਈਲੈਟਸ ਕੀਤੀ ਵੀ ਸੀਗੀ ਜੀ। ਅੱਛਾ, ਹੁਣ ਇਹ ਤੁਹਾਡਾ ਰਿਸ਼ਤੇਦਾਰ ਵੀ ਹੈ? ਹਾਂਜੀ, ਮਾਸੀ ਦਾ ਮੁੰਡਾ ਜੀ ਸਾਡੀ, ਦਾ ਇਹ ਦਵਿੰਦਰ ਰਣੀਆ ਜੀ। ਅੱਛਾ, ਅਤੇ ਜਿਹੜੇ ਪੈਸੇ ਤਾਂ ਹੀ ਦਿੱਤੇ ਜੀ? ਹਾਂਜੀ, ਤਾਂ ਹੀ ਸਾਨੂੰ ਤਾਂ ਵਾਪਸ ਕੁਛ ਨਹੀਂ ਕੀਤਾ ਜੀ, ਬਾਅਦ ਦੇ ਵਿੱਚ ਅਸੀਂ ਬਹੁਤ ਕੋਸ਼ਿਸ਼ ਕੀਤੀ ਵੀ ਚੱਲ ਤੂੰ ਪੈਸੇ ਹੀ ਸਾਡੇ ਵਾਪਸ ਕਰ ਦੇ। ਅੱਛਾ, ਅਤੇ ਇਹਨੇ ਕੁਛ ਨਹੀਂ ਕੀਤਾ, ਅੰਤ ਨੂੰ ਜੀ ਸਾਨੂੰ ਫਿਰ ਹੁਣ ਆਹ ਪੁਲਿਸ ਦੇ ਹੋ ਕੇ ਪਰਚਾ ਹੁਣ ਹੋਇਆ ਜੀ, ਇਹਦਾ ਪਰਚਾ। ਅੱਛਾ, ਕਿਹੜੀਆਂ ਧਾਰਾਵਾਂ ਤਹਿਤ ਪਰਚਾ ਕੀਤਾ ਗਿਆ ਜੀ? ਇਹਦੇ ਉੱਤੇ 420 ਅਤੇ 406 ਧਾਰਾਂ। ਅੱਛਾ, ਹਾਂਜੀ, ਹੁਣ ਹੋਇਆ ਪਰਚਾ? ਹਾਂਜੀ, ਹੁਣ ਹੋਇਆ 17। ਕੀ ਚਾਹੁੰਦੇ ਕੀ ਹੋ ਤੁਸੀਂ? ਅਸੀਂ ਤਾਂ ਇਨਸਾਫ਼ ਹੀ ਚਾਹੁੰਦੇ ਹਾਂ ਜੀ, ਸਾਨੂੰ ਪੂਰਾ ਇਨਸਾਫ਼, ਸਾਡੇ ਪੈਸੇ ਮਿਲਣੇ ਚਾਹੀਦੇ, ਇਹੋ ਜਿਹੇ ਧੋਖੇਬਾਜ਼ ਬੰਦਿਆਂ ਨੂੰ ਜੇਲ੍ਹਾਂ 'ਚ ਡੱਕਣਾ ਚਾਹੀਦਾ ਜੀ, ਗਾਂਹ ਨੂੰ ਕਿਸੇ ਨਾ ਹੋਰਨਾ ਇਹੋ ਜਿਹੀ ਠੱਗੀ ਨਾ ਮਾਰ। ਮੁਹੱਲੇ ਦੇ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਸੀ ਮਾਨਯੋਗ SSP ਸਾਹਿਬ ਨੂੰ, ਮੇਰੇ ਲੜਕੇ ਨੂੰ ਬਾਹਰ ਭੇਜਣ ਦਾ ਚਾਂਸ ਦੇਖ ਕੇ 30 ਲੱਖ ਰੁਪਏ ਦੀ ਮੇਰਾ ਠੱਗੀ ਵੱਜੀ ਹੈ, ਅਤੇ ਉਹਦੀ ਪੜਤਾਲ ਕਰਨ ਤੋਂ ਬਾਅਦ ਜਿਹੜਾ CT1 ਦੇ ਵਿੱਚ ਮੁਕੱਦਮਾ ਦਰਜ ਹੋਇਆ, ਇਹ ਮੁਕੱਦਮਾ 2 ਵਿਅਕਤੀ ਜਿਹੜੇ ਦਵਿੰਦਰ ਸਿੰਘ ਰਣੀਆ ਅਤੇ ਸੁੱਚਾ ਸਿੰਘ ਘੱਲ ਕਲਾਂ ਦੇ ਖਿਲਾਫ਼ ਮੁਕੱਦਮਾ ਦਰਜ ਹੋਇਆ, ਅਤੇ ਉਹਦੀ ਤਫ਼ਤੀਸ਼ ਕਰ ਰਹੇ। ਜੇ ਕੋਈ ਗ੍ਰਿਫਤਾਰੀ ਹੋਈ ਹੁਣ ਤੱਕ ਜੀ? ਨਹੀਂ, ਅਜੇ ਇਹਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ। ਇਹ ਹੈ ਕਾਹਦਾ ਮਾਮਲਾ, ਕੀ ਬਾਹਰ ਭੇਜਣ ਦਾ ਸੀਗਾ ਜੀ? ਬਾਹਰ ਭੇਜਣ ਦਾ ਝਾਂਸਾ ਦੇ ਕੇ ਕਹਿੰਦੇ ਸਾਡੇ ਨਾਲ ਠੱਗੀ ਵੱਜੀ ਹੈ 30 ਲੱਖ ਰੁਪਏ। ਆਵਾਜ਼ੀ ਕੌਮ TV ਲਈ ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ।